ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਨੂੰ। ਸੋ ਅਸੀਂ ਅੱਜ ਪਹੁੰਚ ਚੁੱਕੇ ਹਾਂ ਭੰਡਾਰੀ ਕਾਰ ਬਾਜ਼ਾਰ ਜੀ। ਸੋ ਭੰਡਾਰੀ ਕਾਰ ਬਾਜ਼ਾਰ ਤੁਹਾਡੇ ਲਈ ਲੈ ਕੇ ਆ ਗਿਆ ਜੀ ਅੱਜ ਥਾਰਾਂ ਦਾ ਸਟੋਕ 4x2 ਅਤੇ 4x4। ਅੱਜ ਤੁਹਾਨੂੰ ਦਿਖਾਵਾਂਗੇ ਆਪਣੇ ਕੋਲ ਕਿਹੜੀਆਂ ਕਿਹੜੀਆਂ ਥਾਰਾਂ ਖੜੀਆਂ, ਕਿਹੜੇ ਕਿਹੜੇ ਮਾਡਲ ਆ ਜੀ। ਵੀਡੀਓ ਨੂੰ ਦੇਖਣ ਤੋਂ ਪਹਿਲਾਂ ਕਰ ਦਿਓ ਲਾਈਕ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ। ਕਰਦੇ ਹਾਂ ਵੀਡੀਓ ਨੂੰ ਸਟਾਰਟ ਜੀ, ਆਓ ਜੀ। ਬਾਕੀ ਹਰੇਕ ਤਰ੍ਹਾਂ ਦੀ ਕਾਰ ਆਪਣੇ ਕੋਲ ਖੜ੍ਹੀ ਆ ਜੀ, ਦੇਖ ਸਕਦੇ ਹੋ, ਨਿਗਾਹ ਮਾਰ ਸਕਦੇ ਹੋ ਚਾਰੇ ਪਾਸੇ ਜੀ। ਗੱਡੀਆਂ ਹੀ ਗੱਡੀਆਂ ਆਪਣੇ ਕੋਲ ਖੜ੍ਹੀਆਂ, ਘੱਟੋ ਘੱਟ 150-200 ਕਾਰ ਖੜ੍ਹੀ ਆ ਜੀ ਆਪਣੇ ਕੋਲ ਇਸ ਟਾਈਮ। ਬਾਕੀ ਤੁਹਾਨੂੰ ਥਾਰਾਂ ਵਾਲੇ ਲੈ ਕੇ ਚੱਲਦੇ ਹਾਂ ਜੀ, ਆਓ ਜੀ। ਲਓ ਮੇਰੇ ਵੀਰਿਓ, ਆਪਣੇ ਕੋਲ ਆ ਗਈ ਆ ਜੀ ਪੁਰਾਣੇ ਮਾਡਲ ਦੀ ਆ ਗਈ ਥਾਰ ਜੀ, 18 ਮਾਡਲ ਦੇਖ ਸਕਦੇ ਹੋ ਜੀ। 18 ਮਾਡਲ ਆ ਜੀ, 40,000 ਗੱਡੀ ਚੱਲੀ ਆ, ਡੀਜ਼ਲ ਕਾਰ ਆ ਜੀ, 8.70 ਇਹਦਾ ਰੇਟ ਲੱਗਾ ਆ। ਬਾਕੀ ਟਾਇਰ ਵਗੈਰਾ ਦੇਖ ਸਕਦੇ ਹੋ, ਚੈੱਕ ਕਰ ਸਕਦੇ, ਲਾਈਟਾਂ ਲੂਟਾਂ ਗੱਡੀ 'ਚ ਲੱਗੀਆਂ ਹੋਈਆਂ ਜੀ, ਇਹ ਵੀ ਤੁਹਾਨੂੰ ਆਪਾਂ ਵਧੀਆ ਰੇਟ 'ਤੇ ਦੇਵਾਂਗੇ। ਬਾਕੀ ਵਿੱਚੋਂ ਦੇਖ ਸਕਦੇ ਹੋ ਕੰਡੀਸ਼ਨ ਜੀ ਗੱਡੀ ਦੀ, ਘੈਂਟ ਮੋਡੀਫਾਈ ਕੀਤੀ ਹੋਈ ਹੈ ਜੀ, ਤਿਆਰ ਹੋਈ ਹੈ ਗੱਡੀ। ਬਾਕੀ ਚੈੱਕ ਕਰ ਸਕਦੇ ਹੋ ਵਿੱਚੋਂ ਗੱਡੀ ਦੀ ਕੰਡੀਸ਼ਨ, ਇਹ 4x4 ਆ ਜਾਂਦੀ ਹੈ ਜੀ ਥਾਰ। ਬਾਕੀ ਪਿੱਛੇ ਇਹਦੇ ਬੈੱਡ ਲੱਗਾ ਹੋਇਆ ਜੀ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ, ਉਹ ਵੀ ਚੈੱਕ ਕਰ ਸਕਦੇ ਹੋ ਜੀ ਤੁਸੀਂ। ਆਓ ਮੇਰੇ ਵੀਰ ਭਰਾ ਦੇਖੋ ਇੱਕ ਵਾਰ, ਦਿਖਾਓ ਮੇਰੇ ਵੀਰ ਭਰਾਵਾਂ ਨੂੰ, ਇਹਦੇ ਵਿੱਚ ਬੈੱਡ ਲੱਗਾ ਹੋਇਆ ਜੀ, ਦੇਖ ਸਕਦੇ ਹੋ। ਜਿੱਦਾਂ ਮਰਜ਼ੀ ਬਹਿ ਕੇ ਜਿੱਥੇ ਮਰਜ਼ੀ ਘੁੰਮੋ ਫਿਰੋ, ਐਂ ਨਜ਼ਾਰੇ ਲਓ ਜੀ। ਅਤੇ ਬਾਕੀ ਚੱਲਦੇ ਹਾਂ ਹੁਣ ਅਗਲੀ ਥਾਰ ਵੱਲ, ਆ ਜਾਓ ਜੀ ਅੱਗੇ ਆ ਜਾਓ। ਲਓ ਜੀ ਅੱਗੇ ਆਪਣੇ ਕੋਲ ਆ ਗਈ ਆ ਜੀ 4x4 ਥਾਰ, ਦੇਖ ਸਕਦੇ ਹੋ, ਨਿਗਾਹ ਮਾਰ ਸਕਦੇ ਹੋ ਜੀ। ਇਹ ਵੀ ਤੁਹਾਨੂੰ ਦੱਸਦੇ ਹਾਂ ਕਿਹੜਾ ਮਾਡਲ ਆ ਜੀ। ਲਓ ਜੀ 22 ਮਾਡਲ ਆ ਗਿਆ ਜੀ ਆਪਣੇ ਕੋਲ, 29,000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਜੀ, 16,500 ਇਹਦਾ ਰੇਟ ਲੱਗਾ ਜੀ। ਇਹ ਵੀ ਤੁਹਾਨੂੰ ਆਪਾਂ ਵਧੀਆ ਰੇਟ 'ਚ ਦੇਵਾਂਗੇ, ਇਹ ਵੀ ਆਪਣੇ ਕੋਲ ਡੀਜ਼ਲ ਕਾਰ ਖੜ੍ਹੀ ਆ। ਅਤੇ ਇਹ ਆ ਗਈ ਹੈ ਜੀ ਆਟੋਮੈਟਿਕ, ਨਿਗਾਹ ਮਾਰ ਸਕਦੇ, ਸਕਰੀਨ ਵਿੱਚ ਲੱਗੀ ਹੈ ਜੀ, ਵੈਸੇ ਸਾਰਿਆਂ ਦੇ ਵਿੱਚ ਹੁੰਦੀ ਆ ਟੋਟਲੀ। ਬਾਕੀ ਗੱਡੀ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਜੀ, 4x4 'ਚ ਤੁਹਾਨੂੰ ਮਿਲ ਜੂਗੀ ਥਾਰ 'ਚ। ਬਾਕੀ ਲੁੱਕ ਦੇਖ ਸਕਦੇ ਹੋ, ਬੈਕ ਲੁੱਕ ਦੇਖ ਸਕਦੇ, ਨੰਬਰ ਦੇਖ ਲਓ ਜੀ ਇੱਕ ਵਾਰੀ ਗੱਡੀ ਦਾ, PB12AH1008 ਨੰਬਰ ਸੋਹਣਾ ਲੱਗਾ ਹੋਇਆ ਜੀ ਗੱਡੀ ਨੂੰ। ਬਾਕੀ ਚੱਲਦੇ ਹਾਂ ਹੁਣ ਅਗਲੀ ਥਾਰ ਵੱਲ ਜੀ, ਇਹ ਵੀ ਮੇਰੇ ਵੀਰ ਭਰਾਵਾਂ ਨੂੰ ਚੈੱਕ ਕਰਾਓ ਥਾਰ ਦੀ ਲੁੱਕ ਦੂਰੋਂ, ਨੰਬਰ ਦੇਖ ਸਕਦੇ ਹੋ PB06BE9071 ਨੰਬਰ ਲੱਗਾ ਹੋਇਆ ਜੀ ਇਹਨੂੰ। ਸੋ ਇਹ ਆ ਗਿਆ ਜੀ ਆਪਣੇ ਕੋਲ 23 ਮਾਡਲ ਆ ਗਿਆ ਜੀ ਡੀਜ਼ਲ ਵਿੱਚ, ਅਤੇ ਗੱਡੀ ਚੱਲੀ ਹੋਈ ਆ ਜੀ 6,069 ਗੱਡੀ ਚੱਲੀ ਹੋਈ ਹੈ ਜੀ, 17,10 ਇਹਦਾ ਰੇਟ ਲੱਗਾ, ਇਹ ਵੀ ਤੁਹਾਨੂੰ ਆਪਾਂ ਵਧੀਆ ਰੇਟ 'ਚ ਦੇਵਾਂਗੇ। ਬਾਕੀ ਵਿੱਚੋਂ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ, ਚੈੱਕ ਕਰ ਸਕਦੇ ਹੋ, ਬਿਲਕੁਲ ਨਵੀਂ ਕੰਡੀਸ਼ਨ ਹੈ ਜੀ ਗੱਡੀ ਦੀ, ਘੈਂਟ ਕੰਡੀਸ਼ਨ ਹੈ। ਬਾਕੀ ਟਾਇਰ ਦੇਖ ਸਕਦੇ ਹੋ ਜੀ, ਬਿਲਕੁਲ ਨਵੇਂ ਟਾਇਰ ਪਏ ਹੋਏ ਆ ਜੀ ਗੱਡੀ ਨੂੰ, ਇਹ ਵੀ 4x4 'ਚ ਆ ਜਾਂਦੀ ਹੈ ਜੀ। ਸੋ ਬੈਕ ਲੁੱਕ ਦੇਖ ਸਕਦੇ ਹੋ ਜੀ ਗੱਡੀ ਦੀ, ਚੈੱਕ ਕਰ ਸਕਦੇ ਹੋ ਮੇਰੇ ਵੀਰ ਭਰਾ। ਅੱਗੇ ਆ ਗਈ ਜੀ ਆਪਣੇ ਕੋਲ ਫਿਰ 4x4, ਇਹ ਆ ਗਿਆ ਜੀ ਆਪਣੇ ਕੋਲ 23 ਮਾਡਲ, 15,000 ਗੱਡੀ ਚੱਲੀ ਹੋਈ ਹੈ ਜੀ, ਡੀਜ਼ਲ ਕਾਰ ਆ ਜੀ। ਸੋ 16,95 ਇਹਦਾ ਰੇਟ ਲੱਗਾ, ਇਹ ਵੀ ਤੁਹਾਨੂੰ ਆਪਾਂ ਵਧੀਆ ਰੇਟ 'ਚ ਦੇ ਦੇਵਾਂਗੇ ਜੀ। ਬਾਕੀ ਬੈਕ ਕੈਮਰਾ ਗੱਡੀ ਵਿੱਚ ਲੱਗਾ ਹੋਇਆ ਜੀ, ਡੋਰ ਵਾਈਜ਼ਰ ਲੱਗੇ ਹੋਏ ਆ ਜੀ। ਬਾਕੀ ਵਿੱਚੋਂ ਗੱਡੀ ਦੀ ਕੰਡੀਸ਼ਨ ਚੈੱਕ ਕਰਾ ਸਕਦੇ ਹੋ ਜੀ, ਇਹ ਤੁਹਾਨੂੰ ਮੈਨੂਅਲ ਵਿੱਚ ਕਾਰ ਮਿਲ ਜੂਗੀ ਜੀ, ਮੈਨੂਅਲ ਕਾਰ ਆ ਜੀ। ਬਾਕੀ ਮੈਟ ਮੂਟ ਵਿੱਚ ਲੱਗੇ ਹੋਏ ਆ ਜੀ ਥਾਰ ਦੇ, ਨਿਗਾਹ ਮਾਰ ਲਓ ਮੇਰੇ ਵੀਰ ਭਰਾ। ਬਾਕੀ ਬੈਕ ਤੋਂ ਗੱਡੀ ਦੀ ਲੁੱਕ ਚੈੱਕ ਕਰਾ ਦਿਓ ਜੀ, ਬੈਕ ਤੋਂ ਦੇਖ ਸਕਦੇ ਹੋ ਕਰੂਮ ਲੱਗੀ ਹੋਈ ਆ ਗੱਡੀ ਦੇ ਜੀ, ਆਹ ਚੀਜ਼ਾਂ 'ਤੇ ਦੇਖ ਸਕਦੇ ਹੋ ਜੀ, ਆਹ ਸਾਰੇ ਕਰੂਮ ਲੱਗੀ ਹੋਈ ਹੈ ਜੀ ਇਹਦੇ, ਇਹ ਵੀ ਗੱਡੀ ਤਿਆਰ ਹੋਈ ਹੈ ਜੀ। ਲਓ ਜੀ ਅੱਗੇ ਆਪਣੇ ਕੋਲ ਆ ਗਈ ਆ ਜੀ ਥਾਰ 23 ਮਾਡਲ ਆ ਜੀ, 7400 ਚੱਲੀ ਆ ਜੀ, 14,75 ਇਹਦਾ ਰੇਟ ਲੱਗਾ, ਇਹ ਵੀ ਡੀਜ਼ਲ 'ਚ ਕਾਰ ਆ ਜੀ, ਮੈਨੂਅਲ 'ਚ ਕਾਰ ਆ, ਇਹ ਵੀ ਤੁਹਾਨੂੰ ਆਪਾਂ ਵਧੀਆ ਰੇਟ 'ਤੇ ਦੇ ਦੇਵਾਂਗੇ ਜੀ। ਬਾਕੀ ਮੈਟ ਮੂਟ ਲੱਗੇ ਹੋਏ ਆ ਜੀ, ਸੀਟਾਂ ਵੀ ਬਿਲਕੁਲ ਓਕੇ ਰਿਪੋਰਟ ਆ ਜੀ, ਦੇਖ ਸਕਦੇ ਹੋ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ।
ਬਾਕੀ ਬੈਕ ਤੋਂ ਦੇਖ ਸਕਦੇ ਹੋ ਮੇਰੇ ਵੀਰ ਭਰਾ ਲੁੱਕ ਗੱਡੀ ਦੀ ਜੀ। ਨੰਬਰ ਇਹਨੂੰ ਲੱਗਾ ਹੋਇਆ ਜੀ PB9S5539, ਨੰਬਰ ਦੇਖ ਸਕਦੇ ਹੋ ਜੀ ਗੱਡੀ ਦਾ। ਬਾਕੀ ਚੱਲਦੇ ਹਾਂ ਹੁਣ ਅਗਲੀ ਥਾਰ ਵੱਲ ਜੀ। ਆਓ ਮੇਰੇ ਵੀਰ ਭਰਾ, ਲਓ ਜੀ ਅੱਗੇ ਆਪਣੇ ਕੋਲ ਆ ਗਈ ਆ ਜੀ 4x4। ਇੱਕ ਵਾਰੀ ਫਰੰਟ ਤੋਂ ਦਿਖਾ ਦਿਓ ਮੇਰੇ ਵੀਰ ਭਰਾਵਾਂ ਨੂੰ, 4x4 ਆ ਗਈ ਆ ਜੀ ਅੱਗੇ ਥਾਰ। ਇਹ ਹੈਗਾ ਜੀ 22 ਮਾਡਲ ਆ ਗਿਆ ਜੀ ਡੀਜ਼ਲ ਵਿੱਚ, 5200 ਗੱਡੀ ਚੱਲੀ, 1685 ਇਹਦਾ ਰੇਟ ਲੱਗਾ ਜੀ। ਸੋ ਇਹ ਵੀ ਤੁਹਾਨੂੰ ਆਪਾਂ ਵਧੀਆ ਰੇਟ 'ਚ ਦੇਵਾਂਗੇ। ਇਹ ਵੀ ਮੈਨੂਅਲ 'ਚ ਕਾਰ ਆ ਜੀ, ਸੀਟ ਕਵਰ ਵਗੈਰਾ ਇੱਥੇ ਚੜੇ ਹੋਏ ਆ ਜੀ। ਬਾਕੀ ਵਿੱਚੋਂ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ, ਬਿਲਕੁਲ ਓਕੇ ਰਿਪੋਰਟ ਕਰ ਰਿਹਾ ਜੀ। ਨਿਗਾਹ ਮਾਰ ਸਕਦੇ ਹੋ ਮੇਰੇ ਵੀਰ ਭਰਾ, ਅਤੇ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਕਰ ਦਿਓ ਜੀ। ਇਹ ਵੀ 4x4 'ਚ ਆ ਗਈ ਆ ਜੀ। ਸੋ ਪਿੱਛੋਂ ਦੇਖ ਸਕਦੇ ਹੋ ਗੱਡੀ ਦੀ ਕੰਡੀਸ਼ਨ ਜੀ, ਪਿੱਛੋਂ ਲੁੱਕ ਇੱਕ ਵਾਰੀ ਚੈੱਕ ਕਰਾ ਦਿਓ ਮੇਰੇ ਵੀਰ ਭਰਾਵਾਂ ਨੂੰ ਜੀ। ਲਓ ਜੀ PB08 ਜਲੰਧਰ ਦਾ ਨੰਬਰ ਆ ਗਿਆ ਜੀ FV2343। ਆਪਣੇ ਕੋਲ ਆ ਗਈ ਆ ਜੀ, ਆਪਣੇ ਕੋਲ ਆ ਗਈ ਆ ਜੀ ਫੁੱਲ ਮੋਡੀਫਾਈ ਥਾਰ ਜੀ। ਮੇਰੇ ਵੀਰ ਭਰਾ ਬੜੀ ਡਿਮਾਂਡ ਕਰਦੇ ਜੀ ਮੋਡੀਫਾਈ ਥਾਰ ਲਿਆਓ ਜੀ, ਜਿਹਨੂੰ ਸਾਰਾ ਕੁਛ ਲੱਗਾ ਹੋਵੇ ਜੀ। ਬਾਕੀ ਇਹ 'ਚ ਤੁਹਾਨੂੰ ਦੱਸਦੇ ਕੀ ਲੱਗਾ ਜੀ, ਰੂਬੀਕੋਨ ਦੀ ਗਰਿੱਲ ਲੱਗੀ ਆ ਜੀ, ਬੰਪਰ ਲੱਗਾ ਹੋਇਆ ਜੀ, ਥੱਲੇ ਰੇਡੀਏਟਰ ਲੱਗਾ ਹੋਇਆ ਜੀ ਮੋਨਸਟਰ ਦਾ, ਅਤੇ ਬਾਕੀ ਇਹਦੇ ਵਿੱਚ ਟੇਲ ਲਾਈਟਸ ਲੱਗੀਆਂ ਹੋਈਆਂ ਜੀ, ਹੈੱਡ ਲਾਈਟਸ ਲੱਗੀਆਂ ਹੋਈਆਂ ਜੀ। ਬਾਕੀ 22 ਇੰਚੀ ਉਲਾਏ ਲੱਗੇ ਹੋਏ ਆ ਜੀ, ਉਹ ਵੀ ਦੇਖੋ, ਕਰੋ ਚੈੱਕ, ਉਲਾਏ ਚੈੱਕ ਕਰੋ ਇੱਕ ਵਾਰ। ਬਾਕੀ ਆਹ ਸਟੈਪ ਲੱਗਾ ਹੋਇਆ ਜੀ ਤਾਂ ਚੜ੍ਹਨ ਵਾਸਤੇ ਗੱਡੀ ਦੇ, ਦੋਨੇ ਪਾਸੇ ਗੱਡੀ ਦੇ ਲੱਗਾ ਹੋਇਆ ਜੀ। ਅਤੇ ਬਾਕੀ ਵਿੱਚੋਂ ਦੇਖ ਸਕਦੇ ਹੋ ਗੱਡੀ ਦੀ ਕੰਡੀਸ਼ਨ, ਵਿੱਚੋਂ ਵੀ ਤਿਆਰ ਹੋਈ ਆ ਜੀ, ਤੁਹਾਨੂੰ ਔਨ ਕਰਕੇ ਦਿਖਾ ਦਿੰਦੇ ਹਾਂ ਗੱਡੀ। ਲਓ ਜੀ ਮਾਰਿਓ ਇੱਕ ਵਾਰੀ ਮੇਰੇ ਵੀਰ ਭਰਾ ਨੀਗਾ, ਬਾਕੀ ਦੇਖ ਸਕਦੇ ਹੋ ਵਿੱਚ ਜੀ ਸਾਰੀ ਟੋਟਲੀ ਮੋਡੀਫਾਈ ਹੋਈ ਹੈ ਜੀ, ਅਤੇ ਫੋਗ ਲੈਂਪ ਵਗੈਰਾ ਇਹ 'ਚ ਲੱਗਿਆ ਹੋਇਆ ਜੀ। ਬਾਕੀ AC ਵਿੰਡਸ ਲੱਗੇ ਹੋਏ ਆ ਜੀ, ਲਾਈਟਿੰਗ ਲੱਗੀ ਹੋਈ ਆਲੇ ਦੁਆਲੇ ਸਾਈਡਾਂ 'ਤੇ ਲੱਗੀ ਹੋਈ ਹੈ ਜੀ, ਥੱਲੇ ਵੀ ਲੱਗੀ ਹੋਈ ਹੈ ਜੀ, ਦੇਖ ਸਕਦੇ ਹੋ, ਨਿਗਾਹ ਮਾਰੋ ਮੇਰੇ ਵੀਰ ਭਰਾ। ਸੋ ਇਹ ਤੁਹਾਨੂੰ 4x4 ਵਿੱਚ ਮਿਲ ਜੂਗੀ ਜੀ ਮੈਨੂਅਲ ਦੇ ਵਿੱਚ। ਬਾਕੀ ਗੱਡੀ ਦੀ ਪਿੱਛੋਂ ਲੁੱਕ ਚੈੱਕ ਕਰ ਸਕਦੇ ਹੋ, ਪਿੱਛੇ ਵੀ ਇਹਦਾ ਜੀ ਵੀ ਲੱਗਾ ਹੋਇਆ ਜੀ, ਦੇਖ ਸਕਦੇ ਹੋ। ਬਾਕੀ ਨੰਬਰ ਦੇਖ ਸਕਦੇ ਹੋ ਜੀ PB39L0444 ਰਾਜਪੁਰੇ ਦਾ ਇਹਨੂੰ ਨੰਬਰ ਲੱਗਾ ਹੋਇਆ ਜੀ। ਬਾਕੀ ਇੱਕ ਵਾਰੀ ਸਾਈਡ ਲੁੱਕ ਦਿਖਾ ਦਿਓ ਗੱਡੀ ਦੀ, ਇੱਧਰੋਂ ਵੀ ਦਿਖਾ ਦਿਓ ਜੀ, ਪਿਛਲੀਆਂ ਲਾਈਟਾਂ ਵੀ ਜੀ ਇਹਨੂੰ ਚੇਂਜ ਕੀਤੀਆਂ ਹੋਈਆਂ, ਇਹ ਵੀ ਦੇਖ ਸਕਦੇ ਹੋ, ਨਿਗਾਹ ਮਾਰ ਸਕਦੇ ਹੋ ਜੀ। ਬਾਕੀ ਇੱਧਰੋਂ ਇੱਧਰਲੀ ਸਾਈਡ ਤੋਂ ਵੀ ਇੱਕ ਵਾਰੀ ਲੁੱਕ ਦਿਖਾ ਦਿਓ ਜੀ ਗੱਡੀ ਦੀ ਮੇਰੇ ਵੀਰ ਭਰਾਵਾਂ ਨੂੰ। ਬਾਕੀ ਟੋਟਲੀ ਮੋਟਾ ਮੋਟਾ 4-5 ਲੱਖ ਦੀ ਇਹ 'ਚ ਅਸੈਸਰੀ ਲੱਗੀ ਹੋਈ ਹੈ ਜੀ ਗੱਡੀ ਦੇ ਵਿੱਚ, ਦੇਖ ਸਕਦੇ ਹੋ ਮੇਰੇ ਵੀਰ ਭਰਾ। ਸੋ ਅੱਗੇ ਆਪਣੇ ਕੋਲ ਫਿਰ ਆ ਗਈ ਆ ਜੀ ਉਲਾਏ ਲੱਗੇ ਹੋਏ ਆ ਜੀ ਗੱਡੀ ਨੂੰ। ਸੋ ਇਹ ਆ ਗਈ ਆਪਣੇ ਕੋਲ 4x2 ਥਾਰ ਜੀ, ਉਲਾਇਆਂ ਵਾਲੀ 22 ਇੰਚੀ ਉਲਾਏ ਲੱਗੇ ਹੋਏ ਆ ਜੀ। ਇਹ ਆ ਗਈ ਆ ਜੀ 23 ਮਾਡਲ, 20,000 ਗੱਡੀ ਚੱਲੀ ਹੋਈ ਹੈ ਜੀ। ਸੋ ਇਹ ਤੁਹਾਨੂੰ ਵਧੀਆ ਰੇਟ 'ਚ ਦੇਵਾਂਗੇ, 4x2 'ਚ ਆ ਗਈ ਆ ਜੀ ਇਹ। ਬਾਕੀ ਗੱਡੀ ਦੀ ਕੰਡੀਸ਼ਨ ਦਿਖਾ ਦਿਓ ਪਿੱਛੋਂ, ਦੇਖ ਸਕਦੇ ਹੋ ਮੇਰੇ ਵੀਰ ਭਰਾ, ਮਾਰੋ ਇੱਕ ਵਾਰੀ ਨਿਗਾਹ ਜੀ, ਮੈਟ ਮੂਟ ਵਿੱਚ ਵਿਛੇ ਹੋਏ ਆ ਜੀ। ਬਾਕੀ ਬਿਲਕੁਲ ਵਿੱਚੋਂ ਐਨ ਬਿਲਕੁਲ ਸਾਫ਼ ਗੱਡੀ ਹੈ ਜੀ, ਪੂਰੀ ਓਕੇ ਕੰਡੀਸ਼ਨ ਹੈ ਜੀ ਗੱਡੀ ਦੀ। ਅਤੇ ਬਾਕੀ ਬੈਕ ਲੁੱਕ ਦੇਖ ਸਕਦੇ ਹੋ ਜੀ ਗੱਡੀ ਦੀ, ਦਿਖਾਓ ਮੇਰੇ ਵੀਰ ਭਰਾਵਾਂ ਨੂੰ। ਇਹਦੇ ਪਿੱਛੇ ਵੀ ਜੀ ਉਲਾਏ ਲੱਗਾ ਹੋਇਆ ਜੀ। ਬਾਕੀ ਨੰਬਰ ਤੁਹਾਡੇ ਸਾਹਮਣੇ ਆ, PB21G7800 ਨੰਬਰ ਲੱਗਾ ਹੋਇਆ ਜੀ ਇਹਨੂੰ। ਸੋ ਇਹੀ ਸੀ ਜੀ ਅੱਜ ਦੀ ਵੀਡੀਓ, ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ। ਇੱਦਾਂ ਹੀ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਨਾਲ ਮਿਲਦੇ ਰਹਾਂਗੇ, ਤਾਂ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਸਾਡੀਆਂ ਵੀਡੀਓ ਕਿੱਥੇ ਕਿੱਥੇ ਤੱਕ ਪਹੁੰਚਦੀਆਂ, ਕਿੱਥੋਂ ਕਿੱਥੋਂ ਤੁਸੀਂ ਦੇਖ ਰਹੇ ਹੋ ਜੀ। ਚੰਗਾ ਜੀ, ਮਿਲਾਂਗੇ ਅਗਲੀ ਵੀਡੀਓ ਨਾਲ, ਸਤਿ ਸ਼੍ਰੀ ਅਕਾਲ ਜੀ।